जवाबन आई सी। देखो आ देखो दोस्तों, मोहसन भाई को तुहानू अल्लाह दे फजलो करम ना एंजाई दे बटेरे मिल सकते ने, जिन्हां दीआं फिर इंज दीआं वीडियो आंदियां ने कि आ देख लो मोहसन भाई असां वी भिओ के छड्ड दित्ता, ठीक है, ते इन्हां ने भिओ के ही छड्डिया। और वाकया तुहानू देखो एक भाई हकीकत सामने दी ना, मेरे को उड्या यास भाई, मैं अगले नू गरंटी दित्ती, अगले ने भी कहा जिवें मैं गरंटी अजमाई, अगले ने कहा हिवें मोहसन भाई नू अजमान है। और अल्लाह ने फैयाज भाई दा एक नया भाई नंबर ब्रीडर कबूतर है, बहुत ओल्ड हो चुके है। अगर तुसी पुराने त्रीन सियालकोटी कोई बटेरे वेखना चाहते याज भाई, ये दी एज कितनी को हैगी? मेरे को तकरीबन होना है कोई 14 को साल दा ना है। 14 को साल दा जी। लो दोस्तों आ गए बच्चा हजे भाई मोहसन के जेड़ा बनेरे उत्ते ना ਮਿਆਨੀ ਆ ਜਿਹੜੀ ਮਾਦੀ ਤੁਸੀਂ ਬਟੇਰੀ ਦੇਖੀ ਹੈ ਉਹ ਮਾਦੀ ਤੇ ਇਹ ਨਰਸਾ ਜੀ ਇਹਦਾ ਬੱਚਾ ਬਨੇਰੇ ਤੇ ਬਹਿ ਕੇ ਤੇ ਜਿੱਥੋਂ ਉੱਡਿਆ ਸੀ ਸ਼ਾਮੀ ਉੱਥੇ। ਇਸੇ ਤਰ੍ਹਾਂ ਯਾਦ ਭਾਈ ਜੋ ਤੁਸੀਂ ਅੱਜ ਇਸ ਵੀਡੀਓ 'ਚ ਲੋਕਾਂ ਨਾਲ ਮੁਖਾਤਬ ਹੋਣਾ, ਜੋ ਗੱਲਾਂ ਤੁਸੀਂ ਕਰ ਦੇਣੀਆਂ ਨੇ ਨਾ ਯਾਦ ਭਾਈ, ਇਹ ਤੁਹਾਡੇ ਖਿਲਾਫ ਹੀ ਆ, ਤੁਹਾਡੇ ਹੱਕ 'ਚ ਇੱਕ ਸਬੂਤ ਹੈ। ਇੰਜੀ ਗੱਲ ਹੈ ਨਾ, ਮੌਜੂਦ ਹੈ ਇੰਟਰਨੈਟ ਦੇ ਉੱਤੇ, ਇਸ ਲਈ ਤੁਸੀਂ ਕਲੀਅਰ ਕੱਟ ਗੱਲ ਦੱਸਣੀ ਹੈ ਕਿ ਯਾਦ ਭਾਈ ਕਿਆ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਸਿਆਲਕੋਟੀ ਕਬੂਤਰਾਂ ਨੂੰ ਪਿਓਰ ਹਾਲਤ ਦੇ ਵਿੱਚ ਸ਼ਾਮ ਤੱਕ ਬਹਿੰਦਿਆਂ ਨਹੀਂ ਵੇਖਿਆ? ਬਿਲਕੁਲ ਦੇਖਿਆ, ਆਪਣੇ ਕੋਲ ਬੈਠੇ ਨੇ, ਅੱਜ ਵੀ ਤੁਹਾਡੇ ਹੱਥ 'ਚ ਮੇਰਾ ਕਬੂਤਰ ਹੈ ਬਟੇਰਾ, ਮੈਂ ਉਹਨੂੰ ਅਲੀ ਵਾਲਾ ਬਟੇਰਾ ਕਹਿੰਦਾ ਵਾਂ, ਜੋ ਮੇਰੀ ਪਛਾਣ ਨੂੰ ਦੱਸਦੀ ਕਿ ਇਹਦੇ 'ਚ ਜ਼ਰੂਰ ਅਲੀ ਵਾਲਾ ਪਾਰੇ, ਠੀਕ ਹੈ ਜੀ, ਅਲੀ ਵਾਲਾ ਬਟੇਰਾ ਮੇਰੇ ਅੱਲਾ ਦੇ ਫਜ਼ਲ ਨਾਲ ਇਹਦੇ ਬੱਚੇ ਗਿੱਜਣਗੇ ਵੀ। ਔਰ ਤੁਸੀਂ ਕਹੋਗੇ ਕਿ ਅਗਰ ਕਦੀ ਇਤਫਾਕ ਹੁੰਦਾ ਕੋਈ ਬੱਚਾ ਬੱਚਾ ਇਹਦੇ ਉਡਾਏ ਗਏ ਨੇ, ਜਿਹੜੇ ਮੇਰੇ ਗਾਹਕਾਂ ਨੇ ਮੈਨੂੰ ਦੱਸਿਆ, ਉਹਨਾਂ ਕਿਹਾ ਇਸ ਤੋਂ ਜੀ। ਬਿਸਮਿਲ੍ਲਾ ਰਹਿਮਾਨ ਰਹੀਮ, ਸਿਆਲਕੋਟੀ ਪਿਜਨ ਲਵਰ ਵੇਖਣ ਵਾਲੇ ਅਤੇ ਕਾਲਾਂ ਕਰਨ ਵਾਲੇ ਸਭ ਭਰਾਵਾਂ ਨੂੰ ਵੈਲਕਮ, ਖੁਸ਼ ਆਮਦੀ ਦੋਸਤੋ। ਮੈਂ ਤੁਹਾਡਾ ਵੀਰ, ਤੁਹਾਡਾ ਭਰਾ ਮੋਹਸਨ ਰਹਿਮਾਨ, ਔਰ ਅੱਜ ਮੌਜੂਦ ਹਾਂ ਅਯਾਜ਼ ਭਾਈ, ਇੱਕ ਪ੍ਰੋਫੈਸਰ ਇਮਤਿਆਜ਼ ਹੋਏ ਨੇ ਸਾਡੇ ਸਿਆਲਕੋਟ ਦੇ ਦੋਸਤੋ, ਉਹਨਾਂ ਨੂੰ ਅੱਲਾ ਨੇ ਬੜੀ ਇੱਜ਼ਤ ਦਿੱਤੀ, ਬੜੇ ਅੱਛੇ ਕਬੂਤਰ ਨੇ ਉਹਨਾਂ ਕੋਲ, ਇੱਕ ਇਹ ਵੀ ਮੇਰੇ ਪ੍ਰੋਫੈਸਰ ਹੀ ਨੇ, ਇਹਨਾਂ ਕੋਲ ਮੈਂ ਆ ਕੇ ਬੜਾ ਕੁਝ ਸਿੱਖਿਆ ਦੋਸਤੋ, ਫਰੈਂਕਲੀ ਸਪੀਕਿੰਗ ਮੈਂ ਇਹਨਾਂ ਕੋਲ ਬਹੁਤ ਕੁਝ ਸਿੱਖਿਆ, ਔਰ ਬਹੁਤ ਹੀ ਨਾਈਸ ਪਰਸਨੈਲਿਟੀ ਨੇ, ਮੇਰੀ ਮੁਰਾਦ ਹੈ ਅਯਾਜ਼ ਭਾਈ। ਦੋਸਤੋ ਸਿਆਲਕੋਟ ਤੋਂ ਤੁਹਾਨੂੰ ਸ਼ੋਅ ਕਰਵਾ ਰਹੇ ਹਾਂ ਅਯਾਜ਼ ਭਾਈ ਦੇ ਬਟੇਰੇ ਕਬੂਤਰਾਂ ਦਾ, ਇਸ ਵੀਡੀਓ ਦੇ ਵਿੱਚ ਤੁਹਾਨੂੰ ਸ਼ੋਅ ਕਰਵਾਇਆ ਜਾਏਗਾ। ਵੀਡੀਓ ਨੂੰ ਐਂਡ ਤੱਕ ਵੇਖਿਓ, ਪਸੰਦ ਆਏ ਲਾਈਕ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰੋ, ਪਲੱਸ ਪਿਓਰ ਬਰੀਡਰ ਬੱਚੇ ਲੈਣ ਵਾਸਤੇ ਭਰਾ ਰਾਬਤਾ ਕਰਿਓ, ਪਲੱਸ ਅਯਾਜ਼ ਭਾਈ ਦੇ ਕੋਲੋਂ VVIP ਪਰਵਾਜ਼ੀ ਬੱਚੇ ਲੈਣ ਵਾਸਤੇ ਵੀ ਜ਼ਰੂਰ ਰਾਬਤਾ ਕਰਿਓ। ਸ਼ੌਕ ਦਾ ਆਗਾਜ਼ ਕਰਨੇ ਆ, ਔਰ ਤੁਹਾਨੂੰ ਬਟੇਰੇ ਕਬੂਤਰ ਦਿਖਾਵਾਂਗੇ, ਔਰ ਕਮੈਂਟਰੀ ਇਹਦੇ ਉੱਤੇ ਹੋਏਗੀ ਅਯਾਜ਼ ਭਾਈ ਦੀ, ਇਹੀ ਦੱਸਣਗੇ ਕਿਹੜੇ ਕਬੂਤਰ ਨੇ ਅਤੇ ਕੀ ਗੱਲ ਹੈ ਕੀ ਬਾਤ ਹੈ। ਪਿਓਰ ਹਾਲਤ ਦੇ ਦੋਸਤੋ ਸਿਆਲਕੋਟੀ ਰਿਜ਼ਲਟਡ ਬਟੇਰੇ ਕਬੂਤਰ ਜੀ। ਅਯਾਜ਼ ਭਾਈ ਜ਼ਰਾ ਦੱਸੋ ਇਹਨਾਂ ਦਾ ਰਿਜ਼ਲਟ। ਬਿਹਤਰੀਨ ਪਰਵਾਜ਼ਾਂ ਦੇ ਅਕਲਾਂ ਦੇ ਮਾਲਕ ਨੇ, ਬਿਹਤਰੀਨ ਪਰਵਾਜ਼ਾਂ ਦੇ ਮਾਲਕ ਜੀ, ਮੇਰੇ ਅੱਲਾ ਦੇ ਫਜ਼ਲ ਨਾਲ ਇਨਸ਼ਾਅੱਲਾ। ਯਾਸ ਭਾਈ ਇਹ ਉਹ ਕਬੂਤਰ ਹੈ ਜਿਹਦਾ ਤੁਸੀਂ ਮੈਨੂੰ ਦੱਸ ਰਹੇ ਸੋ ਕਿ ਕੰਧ ਤੋਂ ਕੰਧ ਬੱਚਾ ਬੈਠਾ। ਇਹ ਦੂਸਰਾ ਜੇ ਕਬੂਤਰ ਉਹ ਇੱਥੇ ਉੱਤੇ, ਮੈਂ ਤੁਹਾਨੂੰ ਉਹਦਾ ਵੀ ਸ਼ੌਕ ਕਰਾਉਣਾ, 22 ਨੰਬਰ ਕਬੂਤਰ ਵੱਡਾ ਆਪਣੀ। ਦੋਸਤੋ ਇਸ ਹਾਈਟ ਇਸ ਸਾਈਜ਼ ਇਸ ਕਲਰ ਦੇ ਵਿੱਚ ਬਟੇਰੇ ਕਬੂਤਰ ਅੱਜ ਕੱਲ੍ਹ ਨਾਪੈਦ ਨੇ, ਬਿਲਕੁਲ ਨਯਾਬ ਹੋ ਚੁੱਕੇ ਨੇ। ਜਿਹੜਾ ਇਹ ਕਬੂਤਰ ਮੈਂ ਤੁਹਾਨੂੰ ਯਾਸ ਭਾਈ ਦੇ ਕੋਲੋਂ ਮਾਸ਼ਾਅੱਲਾ ਦਿਖਾ ਰਿਹਾ, ਬਹੁਤ ਹੀ ਨਯਾਬ ਕੁਆਲਿਟੀ ਦਾ ਕਬੂਤਰ ਹੈ। ਤੁਹਾਨੂੰ ਪਤਾ ਮੇਰਾ ਵੀ ਕੋਈ ਵੈਲਡਿੰਗ ਦਾ ਕੰਮ ਨਹੀਂ, 24 ਘੰਟੇ ਮੇਰਾ ਵੀ ਕੰਮ ਇਹੀ ਹੈ ਕਬੂਤਰਾਂ ਵੱਲੋਂ। ਅਗਲਾ ਬੰਦਾ ਬੇਸ਼ੱਕ ਦੱਸੇ ਮੇਰੇ ਸ਼ਾਮ ਤੱਕ ਬੱਚੇ ਉਡਾਉਣੇ ਨੇ, ਪਤਾ ਸਾਨੂੰ ਵੀ ਲੱਗ ਰਿਹਾ ਹੁੰਦਾ ਯਾਸ ਭਾਈ ਕਿ ਨਹੀਂ ਉਡਾਉਂਦੇ, ਠੀਕ ਹੈ। ਬਿਲਕੁਲ ਦੂਸਰੇ ਸੀਨੀਅਰ ਉਸਤਾਦ ਨੇ ਜਿਹੜੇ ਸਾਡੇ ਬੜੇ ਯਾਨੀ ਨਾਮਵਰ ਚੰਗੇ ਸ਼ੌਕ ਜਿਹਨਾਂ ਕਰਦੇ ਨੇ, ਫਿਰ ਚੰਗਾ ਸ਼ੌਕ ਰੱਖਿਆ। ਦੋਸਤੋ ਅੱਜ ਕੱਲ੍ਹ ਸੀਜ਼ਨ ਹੀ ਕਰੀਚਦਾ ਅਤੇ ਹਰ ਕਿਸੇ ਦੇ ਕਬੂਤਰ ਕਰੀਚ ਨੇ, ਕਬੂਤਰ ਦੇ ਪਰਸ਼ਰ ਮੁਕੰਮਲ ਨਹੀਂ ਨੇ ਉਸ ਤਰੀਕੇਕਾਰ ਦੇ ਨਾਲ, ਲੇਕਿਨ ਫਿਰ ਵੀ ਨਯਾਬ ਕਬੂਤਰ ਨਯਾਬ ਹੀ ਹੁੰਦਾ, ਔਰ ਨਜ਼ਰ ਆ ਰਿਹਾ ਕਿ ਮੈਂ ਨਯਾਬ। ਇਹਦਾ ਪੰਜਾ ਦੇਖ ਲਓ, ਔਰ ਸਪੈਸ਼ਲੀ ਇਹਦਾ ਫਰੰਟ ਦੇਖੋ ਦੋਸਤੋ, ਕੈਸੀ ਟਾਪ ਕਲਾਸ ਇਹਦੀ ਬਣਤਰ ਹੈ। ਔਰ ਅਯਾਜ਼ ਭਾਈ ਦੀ ਮੈਂ ਮੌਜੂਦਗੀ 'ਚ ਤੁਹਾਨੂੰ ਥੋੜ੍ਹਾ ਗਾਈਡ ਕਰਨਾ ਚਾਹਾਂਗਾ। ਅਯਾਜ਼ ਭਾਈ ਅੱਛੇ ਬਟੇਰੇ ਕਬੂਤਰ, ਸੀਨਾ ਚੌੜਾ ਔਰ ਪਿੱਛੇ ਨੂੰ ਇੰਝ ਸਲਿਮ ਹੁੰਦੇ ਜਾਣ, ਬਿਲਕੁਲ ਹਾਂਜੀ ਗੱਲ ਹੈ ਨਾ। ਭਾਈ ਮੌਸਮ ਕਬੂਤਰਬਾਜ਼ੀ ਬਹੁਤ ਜਦੀਦ ਹੈ, ਜਦੋਂ ਅੱਜ ਤੋਂ 30 ਸਾਲ ਪਹਿਲੇ ਵੀ ਨਾ ਅਸਾਂ ਆਪਣੇ ਜਿਹੜੇ ਸੀਨੀਅਰ ਸਾਡੇ
ਸਿਆਲਕੋਟ ਦੇ ਉਸਤਾਦ ਹਨ ਉਹਨਾਂ ਕੋਲ ਇਹੀ ਸੁਣਿਆ ਕਿ ਬੇਸਿਕਲੀ ਜਿਹੜੇ ਬਟੇਰੇ ਕਬੂਤਰ ਨੇ ਉਹਨਾਂ ਦੀਆਂ ਨੋਕਾਂ ਛੋਟੀਆਂ ਨੇ ਉਹ ਛਾਤੀਆਂ ਚੌੜੀਆਂ ਨੇ ਯਾਨੀ ਬਟੇਰਿਆਂ ਦੀ ਉਦੋਂ ਵੀ ਜਿਹੜੀ ਸਾਨੂੰ ਜਿਹੜੇ ਵੱਡੇ ਉਸਤਾਦ ਹਨ ਉਹਨਾਂ ਇਹੀ ਦੱਸਿਆ ਯਾਦ ਭਾਈ ਇਹ ਜਿਹੜੇ ਮੈਂ ਕਬੂਤਰ ਦਾ ਸ਼ੌਕ ਕਰਵਾਇਆ ਇਹਦੀ ਨਸਲ ਤੇ ਤੁਸੀਂ ਕੀ ਕਹੋਗੇ ਕਿਹੜਾ ਬਟੇਰਾ ਹੈ ਦੋਸਤੋ ਕੈਮਰਾਮੈਨ ਵੀ ਅੱਜ ਕਸਰ ਨਹੀਂ ਛੱਡ ਰਿਹਾ ਇਹ ਪੱਠੀ ਦਾ ਭਰਾ ਸਾਜੀ ਜਿਹੜਾ ਬਨੇਰੇ ਤੇ ਬਹਿ ਕੇ ਉੱਡ ਗਿਆ ਹਜੇ ਹੱਥੋਂ ਨਿਕਲ ਕੇ ਬਨੇਰੇ ਤੇ ਬੈਠਾ ਇਸ ਪੱਠੀ ਦਾ ਸੱਕਾ ਭਰਾ ਠੀਕ ਹੈ ਜੀ ਤੇ ਸ਼ਾਮ ਤੱਕ ਖੱਜਲ ਹੋ ਕੇ ਬਨੇਰੇ ਦੀ ਜਿਸ ਜਗ੍ਹਾ ਤੋਂ ਉੱਡਿਆ ਹਜੇ ਉੱਥੇ ਵਾਪਸ ਆ ਕੇ ਬਹਿ ਗਿਆ ਸੋਰੀ ਇਹਦਾ ਬੱਚਾ ਇਸ ਪੱਠੀ ਦਾ ਯਾਨੀ ਇਹਦਾ ਬੱਚਾ ਸਿਆਲਕੋਟੀ ਕਬੂਤਰ ਦੋਸਤੋ ਆਪਣੀ ਮਿਸਾਲ ਆਪ ਔਰ ਜਿਸ ਬੰਦੇ ਦੇ ਕੋਲ ਜਾਈਦਾ ਨਾ ਦੋਸਤੋ ਕੋਸ਼ਿਸ਼ ਕਰੀ ਦੀਏ ਕਿ ਅਸੀਂ ਉਹਦੀ ਇੱਜ਼ਤ ਰੱਖੀਏ ਯਾਦ ਭਾਈ ਹੁਣ ਦੇਖੋ ਇਹ ਤੁਹਾਡੀ ਮਾਦੀ ਨਾ ਪਿਓਰ ਹੋਏ ਬਟੇਰੀ ਤੁਸੀਂ ਮੈਨੂੰ ਆਖੋ ਮੋਹਸਨ ਭਾਈ ਇਹ ਪਿਓਰ ਬਟੇਰੀ ਯਾਰ ਮੈਂ ਕਹੂੰ ਨਾ ਵਾ ਉਹਨੂੰ ਰਿਜੈਕਟ ਕਰਨ ਵਾਲਾ ਗਿਆ ਪਿਓਰ ਬਟੇਰੀ ਨਹੀਂ ਮੈਂ ਕਿਹਾ ਦੋ ਅਸਲ ਬਟੇਰੇ ਵੇਖੇ ਨੇ ਜਿਹੜੇ ਹਜ਼ਰਤ ਆਦਮ ਅਲੈਹ ਸਲਾਮ ਦੇ ਕਿਤੇ ਨਾਲ ਆਏ ਹੋਣਗੇ ਕਿ ਬਈ ਪਿਓਰ ਬਟੇਰੇ ਇੰਜ ਦੇ ਆ ਉਹ ਗੱਲ ਹੀ ਕਰਨ ਵਾਲੀ ਇਸ ਲਈ ਦੋਸਤੋ ਸਾਡੀ ਤਾਂ ਦੇਖੋ ਮਜਬੂਰੀ ਹੁੰਦੀ ਹੈ ਕਿ ਅਸੀਂ ਜਿਸ ਬੰਦੇ ਕੋਲ ਅਤੀਕ ਭਾਈ ਪਹੁੰਚਣਾ ਹੈ ਨਾ ਅਸੀਂ ਉਹਦੀ ਗੱਲ ਨੂੰ ਫੋਲੋ ਕਰਨਾ ਠੀਕ ਹੈ ਲੇਕਿਨ ਇਹ ਵੇ ਕਿ ਡੰਗਰ ਤਾਂ ਅਸੀਂ ਵੀ ਨਹੀਂ ਹਾਂ ਕਿ ਕਬੂਤਰ ਹੀ 24 ਘੰਟੇ ਫੜੀ ਦੇ ਨੇ ਅਤੇ ਫਿਰ ਸਾਨੂੰ ਪਤਾ ਨਾ ਲੱਗੇ ਕਬੂਤਰ ਕੈਸਾ ਹੁਣ ਇਹ ਅੱਖਾਂ ਬੰਦ ਕਰਕੇ ਮੈਂ ਕਹਿੰਦਾ ਜੀ ਜਿੰਨੇ ਗਰੰਟੀਆਂ ਲੈਣ ਵਾਲੇ ਭਰਾ ਨੇ ਗਾਹਕ ਨੇ ਇਹ ਮਾਦੀ ਕੋਈ ਕਮਾਲ ਸ਼ੈ ਔਰ ਉਹ ਮੈਨੂੰ ਹੱਥ 'ਚ ਦੱਸਣ ਡਈ ਹੈ ਲਗਾਤਾਰ ਕਿ ਮੈਂ ਕੋਈ ਕਮਾਲ ਸ਼ੈ ਵਾਂ ਇੱਕ ਤਾਂ ਦੋਸਤੋ ਇਹਦੀ ਹਿਸਟਰੀ ਮੈਨੂੰ ਅਯਾਜ਼ ਭਾਈ ਨੇ ਖੁਦ ਦੱਸ ਦਿੱਤੀ ਹੈ ਵੀਡੀਓ 'ਚ ਵੀ ਦੱਸੀ ਹੈ ਇਸ ਤੋਂ ਇਲਾਵਾ ਕਬੂਤਰ ਦੀ ਇੱਕ ਫੀਲ ਟੱਚ ਫੀਲ ਹੁੰਦੀ ਹੈ ਜਿਹੜੀ ਹੱਥ 'ਚ ਆ ਕੇ ਅਯਾਜ਼ ਭਾਈ ਕਬੂਤਰ ਦੱਸਦੇ ਲਓ ਜੀ ਦੋਸਤੋ ਅਯਾਜ਼ ਭਾਈ ਦਾ ਇੱਕ ਨਯਾ 22 ਨੰਬਰ ਬਰੀਡਰ ਕਬੂਤਰ ਹੈ ਬਹੁਤ ਓਲਡ ਹੋ ਚੁੱਕਿਆ ਅਗਰ ਤੁਸੀਂ ਪੁਰਾਣੇ ਤਰੀਨ ਸਿਆਲਕੋਟੀ ਕੋਈ ਬਟੇਰੇ ਵੇਖਣਾ ਚਾਹੁੰਦੇ ਅਯਾਜ਼ ਭਾਈ ਇਹਦੀ ਏਜ ਕਿੰਨੀ ਕੁ ਹੋਏਗੀ ਬਟੇਰੀ ਦੇਖੀ ਉਹ ਮਾਦੀ ਤੇ ਇਹ ਨਰਸਾ ਜੀ ਇਹਦਾ ਬੱਚਾ ਬਨੇਰੇ ਤੇ ਬਹਿ ਕੇ ਤੇ ਜਿੱਥੋਂ ਉੱਡਿਆ ਸੀ ਸ਼ਾਮੀ ਉੱਥੇ ਵਾਪਸ ਆ ਗਿਆ ਹਾਂ ਇੱਥੇ ਬਾਈ ਅੱਖ ਅੱਛੀ ਆ ਰਹੀ ਹੈ ਜਰਾ ਇੱਥੇ ਦਿਖਾਓ ਦੋਸਤਾਂ ਨੂੰ ਦੋਸਤੋ ਨਯਾਬ ਤਰੀਨ ਓਰੀਜਨਲ ਨਯਾਬ ਤਰੀਨ ਦੇਖ ਲਵੋ ਜੇ ਇੰਜ ਦੇ ਕਬੂਤਰ ਰੋਜ਼ ਰੋਜ਼ ਵਹਿੰਦੇ ਹੋ ਤਾਂ ਫਿਰ ਮੈਨੂੰ ਦੱਸਿਓ ਨਯਾਬ ਤਰੀਨ ਦੋਸਤੋ ਸਿਆਲਕੋਟੀ ਬਟੇਰੇ ਕਬੂਤਰਾਂ ਦਾ ਤੁਹਾਨੂੰ ਸ਼ੋਅ ਕਰਵਾ ਰਹੇ ਹਾਂ ਅਤੇ ਜਿਹਨੂੰ ਕਿਸੇ ਨੇ 14 ਸਾਲ ਰੱਖ ਕੇ ਦਾਣਾ ਪਾਇਆ ਦਵਾਈ ਦਾਰੂ ਕੀਤਾ ਕੇਅਰ ਕੀਤੀ ਹੈ ਖਿਆਲ ਰੱਖਿਆ ਖੁੱਡਾ ਬੰਦ ਕੀਤਾ ਤਾਲਾ ਲਾਉਣ ਆਏ ਨੇ ਰਾਤ ਉੱਠ ਕੇ ਵੀ ਹੋਏ ਉੱਤੇ ਬਿੱਲੀ ਨਾ ਪਾਈਏ ਦੋਸਤੋ ਫਿਰ ਉਹ ਕਬੂਤਰ ਅੱਛੇ ਨੇ ਅਤੇ ਕਿਸੇ ਨੇ ਰੱਖੇ ਨੇ ਕਿ ਫਜ਼ੂਲ ਕਰਕੇ ਕੌਣ ਰੱਖਦਾ ਜੀ ਐਨ ਕਬੂਤਰ ਦੇਖੋ ਇਹ ਇਹਦਾ ਫਰੰਟ ਜੇ ਲਾ ਜਵਾਬ ਦੋਸਤੋ ਕਬੂਤਰ ਹੈ ਯਾਦ ਬਈ ਵੈਸੇ ਇਹਨੂੰ ਤੁਸੀਂ ਕਾਲੇ ਮੂੰਹ ਵਾਲਾ ਬਟੇਰਾ ਕਹਿੰਦੇ ਹੋ ਜੀ ਕਾਲੇ ਮੂੰਹ ਵਾਲਾ ਯਾਨੀ ਇਹ ਬਟੇਰਾ ਪਲੱਸ ਕਾਲੇ ਮੂੰਹ ਵਾਲਾ ਜੀ ਔਰ ਹਿਸਟਰੀ ਮੁਤਾਬਕ ਕਾਲੇ ਮੂੰਹ ਵਾਲਿਆਂ ਦੀ ਬੁਨਿਆਦ 'ਚ ਫਿਰ ਬਟੇਰਾ ਹੀ ਹੈ ਯਾਦ ਭਾਈ ਆਪਣੀ ਜ਼ਿੰਦਗੀ 'ਚ ਸਭ ਤੋਂ ਜ਼ਿਆਦਾ ਪਰਵਾਜ਼ ਕਿਸ ਸਿਆਲਕੋਟੀ ਕਬੂਤਰ ਦੀ ਵੇਖੀ ਜਾਂ ਸਿਆਲਕੋਟ ਤੋਂ ਬਾਹਰ ਕਿਸੇ ਦੀ ਵੇਖੀ ਗੱਲ ਹੱਕ 'ਤੇ ਮਬਨੀ ਕਰਨੀ ਹੈ ਤੁਹਾਡੇ ਅੱਲਾ ਤੁਹਾਨੂੰ ਵਾਲ ਵਾਲ ਜ਼ਿੰਦਗੀ ਦੇ ਲੇਕਿਨ ਤੁਹਾਡੇ ਦੁਨੀਆਂ ਤੋਂ ਜਾਣ ਤੋਂ ਬਾਅਦ ਵੀ ਉਹ ਗੱਲ ਤੋਂ ਲੋਕ ਫਾਇਦਾ ਹਾਸਲ ਕਰਨ ਕਾਲੇ ਮੂੰਹ ਵਾਲੇ ਅਤੇ ਬਟੇਰੇ ਬਟੇਰੇ ਬਹੁਤ ਅਲੱਗ ਕਬੂਤਰ ਨੇ ਬਹੁਤ ਵੱਡੇ ਇਸ ਤਰ੍ਹਾਂ ਹੀ ਕਾਲੇ ਮੂੰਹ ਵਾਲੇ ਵੀ ਬਹੁਤ ਵੱਡੇ ਕਬੂਤਰ ਨੇ ਮਾਸ਼ਾਅੱਲਾ ਦਿਹਾੜੀ ਦਿਹਾੜੀ ਦੇ ਮਾਲਕ ਨੇ ਜੇਠ ਦੇ ਜੀ ਇਨਸ਼ਾ ਅੱਲਾ ਮੇਰੇ ਅੱਲਾ ਦੇ ਫਜ਼ਲ ਨਾਲ ਪੂਰੇ ਪੂਰੇ ਦਿਨ ਦੇ ਮਾਲਕ ਮੇਰੇ ਹੱਥ 'ਚ ਕਬੂਤਰ ਮੈਂ ਤੁਹਾਨੂੰ ਸ਼ੌਕ ਕਰਾਉਣਾ ਬਟੇਰਾ ਮੈਂ
मैं अली वाला बटेरा कहना। दोस्तों है याज भाई का बेशुमार लाडला कबूतर है, मैं कोई तीसरी बारी विखा रहे ने ते फिर बड़ा प्यार वाला कदर तुम समझ सकते हो। अस्सलामुअलैकुम मियाँ साहब, मियाँ साहब लाइव वीडियो बन रही है तो भरा दियाँ कॉलों में आ रही ने तो वीडियो के बेच ही कॉल अटेंड करके माजरत मैं रबता करांगा वापस, ठीक है नो टेंशन। यार भाई थोड़ा जहा ना इधर न मोड़ो इतने ताकि कैमरे दे बिल्कुल फोकस हो जा इतने करो। दोस्तों इन्हों याज भाई बटेरा अली वाला कबूतर कहिंदे ने, लेकिन जो भी कबूतर है ना कबूतर बहुत अच्छा है। याज भाई इदा जरा मेनू शो करवा दो, वेट करनी है लो जी, जे अगर करनी है तू भाई कर ला, अहीं तेनू केड़ा मना करना डोली दे विच ना पद वास्ते तू कटिया ही वाट। अच्छा याज भाई इन्हां कबूतरां दे क्रॉस दे मतलब कोई भरावां नू मशवरा देवो, जिन्हां भरावां दे कोल अच्छे बटेरे कबूतर ने पाकिस्तान दे खा किसी भी कोने च उन्हां वास्ते याज भाई दा की मशवरा। तुसां 30 साल अपने लाले ने इत्थे तक पहुंचण ने, मैं हजे लाने ने, ਤੁਹਾਡੀ ਇੱਕ ਟਿਪ ਹੀ ਇੰਜ ਦੀ ਹੋ ਸਕਦੀ ਹੈ ਕਿ ਮੈਨੂੰ ਉਹ 30 ਸਾਲ ਦਿਲ ਕਰੇ ਨਾ ਲਾਣੇ ਪੈਣ, 30 ਮਿੰਟ 'ਚ ਮੇਰਾ ਉਹ ਕੰਮ ਹੋਈ। ਬਟੇਰੇ ਕਬੂਤਰਾਂ ਨੂੰ ਬਿਹਤਰੀਨ ਕ੍ਰਾਸ ਕਿੰਨਾ ਕਬੂਤਰਾਂ ਨਾਲ ਕਰੀਦਾ? ਅਸੀਂ ਲੋਹੜੀ ਕਬੂਤਰਾਂ ਨੂੰ ਕਹੀਏ ਤੇ ਕਮੱਗਰ ਕਮੱਗਰ 'ਚ ਪਾਉਣਾ ਬਟੇਰਾ, ਬਟੇਰਾ ਤੁਸੀਂ ਕਮੱਗਰਾਂ ਨਾਲ ਕ੍ਰਾਸ ਕਰੋ, ਬਹੁਤ ਜ਼ਿਆਦਾ ਰਿਜ਼ਲਟ ਮਿਲੇਗਾ। ਬੱਚੇ ਗਿੱਜਣ 'ਚ ਵੀ ਪਕਾਈਆਂ 'ਚ ਵੀ ਔਰ ਪਰਵਾਦਾਂ 'ਚ ਕਮੱਗਰ, ਇਹ ਤੁਹਾਡਾ ਐਕਸਪੀਰੀਅੰਸ ਹੈ ਜੀ। ਸਿਆਲਕੋਟੀਆਂ 'ਚ ਕਿਤੇ ਨਾ ਕ੍ਰਾਸ ਕਰਾਓ, ਮਜਬੂਰੀ ਹੈ ਤੁਹਾਡੀ, ਤੁਹਾਡੇ ਕੋਲ ਕਮੱਗਰ ਅੱਛਾ ਹੈ ਨਹੀਂ, ਫਿਰ ਕੀ ਕਰੇ ਬੰਦਾ? ਇਹ ਬਜ਼ਾਤੇ ਖੁਦ ਬਹੁਤ ਚੰਗੇ ਨੇ, ਬਟੇਰਾ ਨਰਮਾ ਦੀ ਵੀ ਤੁਸੀਂ ਅਸਰ ਲਾਉਂਦੇ ਹੋ। ਜਿਸ ਤਰ੍ਹਾਂ ਮੈਂ ਹੁਣ ਤੁਹਾਨੂੰ ਆਇਆ ਆਪਣੇ ਬਟੇਰੇ ਵੱਡੇ ਜੋੜੇ ਦਾ ਸ਼ੌਕ ਕਰਾਇਆ, ਉਹ ਬਹੁਤ ਜ਼ਿਆਦਾ ਅਕਲਮੰਦ ਵੀ ਨਹੀਂ। ਅਤੇ ਉਹਨੂੰ ਦੱਸਿਆ ਕਿ ਬੱਚਾ ਗਾਹਕ ਨੇ ਖੜਿਆ ਬਨੇਰੇ ਤੋਂ, ਉਹਦੇ ਹੱਥੋਂ ਨਿਕਲਿਆ ਬਨੇਰੇ 'ਤੇ ਬੈਠਾ ਤਾਂ ਉੱਡ ਗਿਆ, ਸ਼ਾਮੀ ਖੱਜਲ ਹੋ ਕੇ ਜਿਸ ਜਗ੍ਹਾ ਤੋਂ ਉੱਡਿਆ ਉੱਥੇ ਆ ਕੇ ਬੱਚਾ ਪੈ ਗਿਆ, ਉਹ ਸ਼ਾਮ ਸ਼ਾਮ ਤੱਕ ਉੱਡਦੇ। ਬਟੇਰਾ ਨਾਰਗ ਮਾਦੀ ਵੀ ਤੁਸੀਂ ਲਾਉਂਦੇ ਹੋ, ਉਹ ਵੀ ਲਾਜਵਾਬ। ਯਾਰ ਭਾਈ ਨਰਮਾਦੀ ਲਾਉਂਦੇ ਹੋ, ਉਹ ਵੀ ਲਾਜਵਾਬ। ਲਾਸਟ ਇਸ ਹਵਾਲੇ ਦੇ ਨਾਲ ਤੁਹਾਡੇ ਕੋਲ ਮੈਂ ਕੁਐਸਚਨ ਕਰਨਾ ਕਿ ਯਾਸ ਭਾਈ ਦੇਖੋ ਵੇਚਣਾ ਕਬੂਤਰ ਕੋਈ ਬੁਰੀ ਗੱਲ ਨਹੀਂ, ਲੋਕ ਜਿੱਥੇ ਗੱਲ ਕਰਦੇ ਨੇ ਨਾ ਲੋਕ ਆਖਣਗੇ ਉਸਤਾਦ ਆਖਣਗੇ ਕਿ ਯਾਰ ਓਏ ਉਹ ਫਲਾਣੇ ਨੇ ਬਸ ਆਪਣੀ ਮਾਰਕੀਟਿੰਗ ਵਾਸਤੇ ਆਪਣੀ ਵਿਕਰੀ ਵਾਸਤੇ ਫਲਾਣਾ ਇੰਜ ਕਰਦਾ। ਹਕੀਕਤ 'ਤੇ ਮਬਨੀ ਗੱਲ ਯਾਰ ਭਾਈ ਅਗਰ ਕੀਤੀ ਜਾਏ ਜਿਹੜੀ ਕਿ ਬੰਦੇ ਨੂੰ ਦੇਖੋ ਜਦੋਂ ਅੱਲਾਹ ਤਾਲਾ ਫਰਮਾਉਂਦੇ ਨੇ ਨਾ ਕਿ ਇਨਸਾਨ ਤੇਰੀ ਹਰ ਚੀਜ਼ ਦਾ ਮੇਰੇ ਕੋਲ ਰਿਕਾਰਡ ਹੈ ਮੇਰੇ ਕੋਲ ਹਿਸਾਬ ਹੈ, ਅਤੇ ਯਾਰ ਭਾਈ ਮੈਂ ਸੋਚਣਾ ਹੁੰਦਾ ਹਾਂ ਕਿ ਅੱਲਾਹ ਨੇ ਕੀ ਵੱਡੀਆਂ ਵੱਡੀਆਂ ਸੀਡੀਆਂ ਡੀਵੀਡੀਆਂ ਕੀ ਇਸ ਤਰ੍ਹਾਂ ਦਾ ਸਿਸਟਮ ਰੱਖਿਆ ਜਿੱਥੇ ਸਾਡੀ ਟੋਟਲ ਰਿਕਾਰਡਿੰਗ ਜਾ ਰਹੀ ਹੈ ਬਚਗਾਨਾ ਜ਼ੇਨ ਦੇ ਤਹਿਤ। ਅੱਜ ਜਾਣ ਕੇ ਪਤਾ ਲੱਗਦਾ ਭਾਅ ਜੀ ਗੂਗਲ ਤੋਂ ਵੀ ਆਪਣੀ ਹਿਸਟਰੀ ਡਿਲੀਟ ਕਰਨੀ ਪੈਂਦੀ, ਯੂਟਿਊਬ ਤੋਂ ਵੀ ਡਿਲੀਟ ਕਰਨੀ ਪੈਂਦੀ ਹੈ, ਇਨਸਾਨ ਦੀਆਂ ਬਣਾਈਆਂ ਚੀਜ਼ਾਂ ਹੀ ਉਹਦੀ ਹਿਸਟਰੀ ਸੇਵ ਕਰਦੀਆਂ। ਇਸੇ ਤਰ੍ਹਾਂ ਯਾਦ ਭਾਈ ਜੋ ਤੁਸੀਂ ਅੱਜ ਇਸ ਵੀਡੀਓ 'ਚ ਲੋਕਾਂ ਨਾਲ ਮੁਖਾਤਬ ਹੋਣਾ, ਜੋ ਗੱਲਾਂ ਤੁਸੀਂ ਕਰ ਦੇਣੀਆਂ ਨੇ ਨਾ ਯਾਦ ਭਾਈ, ਇਹ ਤੁਹਾਡੇ ਖਿਲਾਫ ਜਾਂ ਤੁਹਾਡੇ ਹੱਕ 'ਚ ਇੱਕ ਸਬੂਤ ਹੈ, ਇੰਝ ਗੱਲ ਹੈ ਨਾ ਮੌਜੂਦ ਹੈ ਇੰਟਰਨੈਟ ਦੇ, ਇਸ ਲਈ ਤੁਸੀਂ ਕਲੀਅਰ ਕੱਟ ਗੱਲ ਦੱਸਣੀ ਹੈ ਕਿ ਯਾਦ ਭਾਈ ਕਿਆ ਤੁਸਾਂ ਆਪਣੀ ਜ਼ਿੰਦਗੀ ਦੇ ਵਿੱਚ ਸਿਆਲਕੋਟੀ ਕਬੂਤਰਾਂ ਨੂੰ ਪਿਓਰ ਹਾਲਤ ਦੇ ਵਿੱਚ ਸ਼ਾਮ ਤੱਕ ਬਹਿੰਦਿਆਂ ਨਹੀਂ ਵੇਖਿਆ? ਬਿਲਕੁਲ ਦੇਖਿਆ, ਆਪਣੇ ਕੋਲ ਬੈਠੇ ਨੇ, ਅੱਜ ਵੀ ਤੁਹਾਡੇ ਹੱਥ 'ਚ ਮੇਰਾ ਕਬੂਤਰ ਹੈ ਬਟੇਰਾ, ਮੈਂ ਉਹਨੂੰ ਅਲੀ ਵਾਲਾ ਬਟੇਰਾ ਕਹਿੰਦਾ ਵਾਂ, ਜੋ ਮੇਰੀ ਪਛਾਣ ਨੂੰ ਦੱਸਦੀ ਕਿ ਇਹਦੇ 'ਚ ਜ਼ਰੂਰ ਅਲੀ ਵਾਲਾ ਪਾ ਰਹੇ, ਠੀਕ ਹੈ ਜੀ ਅਲੀ ਵਾਲਾ ਬਟੇਰਾ, ਮੇਰੇ ਅੱਲਾਹ ਦੇ ਫਜ਼ਲ ਨਾਲ ਇਹਦੇ ਬੱਚੇ ਗਿੱਜਣਗੇ ਵੀ। ਔਰ ਤੁਸੀਂ ਕਹੋਗੇ ਕਿ ਅਗਰ ਕਦੀ ਇਤਫਾਕ ਹੁੰਦਾ ਕੋਈ ਬੱਚਾ ਬੱਚਾ ਇਹਦੇ ਉਡਾਏ ਗਏ ਨੇ, ਜਿਹੜੇ ਮੇਰੇ ਗਾਹਕਾਂ ਨੇ ਮੈਨੂੰ ਦੱਸਿਆ, ਉਹਨਾਂ ਕਿਹਾ ਇਸ ਤੋਂ ਅਕਲਵੰਦ ਜਾਨਵਰ ਨਹੀਂ ਦੇਖੇ, ਉਹਨੇ ਇਨਸ਼ਾ ਅੱਲਾਹ ਮੇਰੇ ਅੱਲਾਹ ਦੇ ਫਜ਼ਲ ਨਾਲ ਗਲਤ ਪਿਆਨੀ ਵਾਲੀ ਗੱਲ ਨਹੀਂ, ਝੂਠ ਬੋਲਣ ਵਾਲੇ ਬੰਦੇ ਦੇ ਪੇੜੇ 'ਚ ਬਰਕਤ ਨਹੀਂ ਹੋਏਗੀ। ਪਿਓਰ ਹਾਲਤ 'ਚ ਸਿਆਲਕੋਟੀ ਸ਼ਾਮ ਤੱਕ ਉੱਡਦੇ ਨੇ ਔਰ ਬਾਹਾਂ ਕੱਢ ਕੇ ਉੱਡਦੇ ਨੇ ਜੀ, ਇਹਦੇ ਨਾਲ ਮਾਦੀ ਵੀ ਮੈਂ ਬਟੇਰੀ ਲਾਈ ਦੀ ਹਜੇ, ਇਹ ਜਿਹੜਾ ਤੁਹਾਡੇ ਹੱਥ 'ਚ ਕਬੂਤਰ ਹੈ।
ਇਟਲੀ ਤੋਂ ਮੁੰਡਾ ਮੈਨੂੰ ਅੱਜ ਵੀ ਟੈਲੀਫੋਨ ਕਰਦਾ ਕਹਿੰਦਾ ਅਸੀਂ ਕਲਾਸ ਤੋਂ ਅੱਜ ਨਹੀਂ ਮੁੜਕੇ ਜਾਣਾ ਭਾਈ ਭਾਈ ਜ਼ਰਾ ਲੱਗ ਗਿਆ ਉਹ ਇਸ ਕਬੂਤਰ ਦਾ ਦੋਸਤੋ ਇੱਕ ਵਾਰੀ ਤੁਹਾਨੂੰ ਤਸੱਲੀ ਨਾਲ ਸ਼ੋਅ ਕਰਾਉਂਦੇ ਹਾਂ ਫਿਰ ਤੁਹਾਨੂੰ ਇੱਕ ਬਟੇਰਿਆਂ ਦੀ ਵੀਡੀਓ ਕੱਢ ਕੇ ਵਿਖਾਉਂਦੇ ਹਾਂ ਦੋਸਤੋ ਇਹ ਮੈਂ ਆਪਣੇ ਇੱਕ ਦੋਸਤ ਇੱਕ ਵੱਡੇ ਵੀਰ ਜੁਨੇਦ ਭਾਈ ਨੇ ਨਨਕਾਣਾ ਸਾਹਿਬ ਤੋਂ ਉਹਨਾਂ ਨੂੰ ਇਹ ਜੋੜਾ ਦਿੱਤਾ ਹੈ ਭਿਉਂ ਕੇ ਛੱਡਣ ਵਾਲਾ ਦੋਸਤੋ ਉਹਦੇ ਬੱਚੇ ਤੁਸੀਂ ਭਿਉਂ ਕੇ ਛੱਡਣੇ ਹੁੰਦੇ ਨੇ ਠੀਕ ਹੈ ਔਰ ਗਰੰਟੀ ਇਸ ਚੀਜ਼ ਦੀ ਹੈ ਕਿ ਉਹਦਾ ਬੱਚਾ ਨਹੀਂ ਜਾਏਗਾ ਗਿੱਜੇਗਾ ਵੀ ਤੁਹਾਨੂੰ ਉੱਡ ਕੇ ਵੀ ਵਿਖਾਏਗਾ ਮਾਸ਼ਾਅੱਲਾ ਦੋਸਤੋ ਬੜਾ ਮਿਸਾਲੀ ਕਬੂਤਰ ਜੀ ਜਿਹੜਾ ਹੱਥ 'ਚ ਫੜਿਆ ਸਭ ਕੁਛ ਦੱਸ ਰਿਹਾ ਕਿ ਮੈਂ ਕਿਸ ਤਰ੍ਹਾਂ ਦਾ ਵਾ ਔਰ ਮੇਰੇ ਬਾਰ ਬਾਰ ਸ਼ੌਕ ਕਰਵਾਉਣ ਦੀ ਕੀ ਰੀਜ਼ਨ ਹੈ ਪਰ ਬਾਹਰਲੇ ਖੋਲ੍ਹ ਕੇ ਤੁਹਾਨੂੰ ਦਿਖਾਏ ਜਾ ਰਹੇ ਨੇ ਉਹਦੀ ਕੱਛ ਦੇਖ ਲਓ ਕਿੱਥੇ ਚੜ੍ਹ ਰਹੀ ਹੈ ਬਟੇਰਾ ਅਲੀ ਵਾਲਾ ਦੋਸਤੋ ਇਹ ਅਯਾਜ਼ ਭਾਈ ਦਾ ਕਬੂਤਰ ਹੈ ਔਰ ਭਾਈ ਪਕੜੋ ਜ਼ਰਾ ਮੈਂ ਦੋਸਤਾਂ ਨੂੰ ਵੀਡੀਓ ਦਿਖਾਵਾਂ ਦੋਸਤੋ ਇਹੋ ਹੀ ਵੀਡੀਓ ਮੈਂ ਅੱਗੇ ਅਯਾਜ਼ ਭਾਈ ਨੂੰ ਦਿਖਾ ਰਿਹਾ ਸਾਂ ਇਹੋ ਹੀ ਵੀਡੀਓ ਮੈਨੂੰ ਜਵਾਬਨ ਆਈ ਸੀ ਦੇਖੋ ਆ ਦੇਖੋ ਦੋਸਤੋ ਮੋਹਸਨ ਭਾਈ ਕੋ ਤੁਹਾਨੂੰ ਅੱਲਾ ਦੇ ਫਜ਼ਲੋ ਕਰਮ ਨਾਲ ਇੰਜਾਂ ਹੀ ਦੇ ਬਟੇਰੇ ਮਿਲ ਸਕਦੇ ਨੇ ਜਿਨ੍ਹਾਂ ਦੀਆਂ ਫਿਰ ਇੰਜ ਦੀਆਂ ਵੀਡੀਓ ਆਉਂਦੀਆਂ ਨੇ ਕਿ ਆਹ ਦੇਖ ਲਓ ਮੋਹਸਨ ਭਾਈ ਅਸਾਂ ਵੀ ਭਿਉਂ ਕੇ ਛੱਡ ਦਿੱਤਾ ਠੀਕ ਹੈ ਅਤੇ ਇਹਨਾਂ ਨੇ ਭਿਉਂ ਕੇ ਹੀ ਛੱਡਿਆ ਔਰ ਵਾਕਿਆ ਤੁਹਾਨੂੰ ਦੇਖੋ ਇੱਕ ਭਾਈ ਹਕੀਕਤ ਸਾਹਮਣੇ ਦੀ ਹੈ ਨਾ ਮੇਰੇ ਕੋਲ ਉੱਡਿਆ ਯਾਦ ਭਾਈ ਮੈਂ ਅਗਲੇ ਨੂੰ ਗਰੰਟੀ ਦਿੱਤੀ ਅਗਲੇ ਨੇ ਵੀ ਕਿਹਾ ਜਿਵੇਂ ਮੈਂ ਗਰੰਟੀ ਅਜ਼ਮਾਈ ਅਗਲੇ ਨੇ ਕਿਹਾ ਹੀ ਮੋਹਸਨ ਭਾਈ ਨੂੰ ਅਜ਼ਮਾਉਣ ਹੈ ਔਰ ਅੱਲਾ ਦੇ ਫਜ਼ਲੋ ਕਰਮ ਨਾਲ ਉਹਦੇ ਭਿਉਂ ਕੇ ਬੱਚੇ ਛੱਡੇ ਗਏ ਨੇ ਪਿਓਰ ਬਟੇਰੀ ਬਟੇਰਾ ਭਾਈ ਉਹ ਜੋੜਾ ਲੱਗਿਆ ਪਿਓਰ ਹਾਲਤ ਦੇ ਵਿੱਚ ਸ਼ਾਮ ਤੱਕ ਬੱਚੇ ਮੇਰੇ ਕੋਲ ਉਡਾ ਰਿਹਾ ਤੁਹਾਡੇ ਕੋਲੋਂ ਪੁੱਛਣਾ ਇਸ ਵਾਸਤੇ ਐਡਾ ਅਹਿਮ ਹੈ ਕਿ ਯਾਦ ਭਾਈ ਮੇਰਾ ਅਤੇ ਤੁਹਾਡਾ ਤਾਂ ਕੋਈ ਕੰਪੈਰੀਜ਼ਨ ਨਹੀਂ ਨਾ ਤੁਸੀਂ ਤਾਂ ਮਾਸ਼ਾਅੱਲਾ ਇੱਕ ਵੱਡੇ ਲੈਵਲ ਦੇ ਸ਼ੌਕੀਨ ਹੋ ਇੱਕ ਉਮਰ ਕੱਢੀ ਹੈ ਜਿਹੜੇ ਚਿੱਟੇ ਆਏ ਨੇ ਇਹ ਕਿਸੇ ਵਜ੍ਹਾ ਤੋਂ ਆਏ ਨੇ ਨਾ ਐਵੇਂ ਤਾਂ ਨਹੀਂ ਆਏ ਟਾਈਮ ਲੱਗਾ ਨਾ ਇੱਕ ਦਿਨ ਜਿਹਦੇ ਚਿੱਟੇ ਵਾਲ ਨਹੀਂ ਆਈ ਜਾਂਦੇ ਠੀਕ ਹੈ ਮਤਲਬ ਦਿਹਾੜਾ ਜਿਹੜੇ ਗੁਜ਼ਾਰ ਰਹੇ ਹੋ ਬਿਲਕੁਲ ਦੇਖੋ ਯਾਦ ਭਾਈ ਦੋ ਬੱਚੇ ਟਵਿਨਸ ਪੈਦਾ ਹੁੰਦੇ ਨੇ ਯਾਨੀ ਜੁੜਵਾਂ ਪੈਦਾ ਹੁੰਦੇ ਨੇ ਜਿਹੜਾ ਪਹਿਲਾਂ ਇੱਕ ਮਿੰਟ ਪਹਿਲਾਂ ਪੈਦਾ ਹੁੰਦਾ ਉਹਨੂੰ ਵੱਡਾ ਕਿਹਾ ਜਾਂਦਾ ਨਹੀਂ ਤੇ ਉਹ ਨਿੱਕਾ ਕਹਿੰਦਾ ਕਿ ਤੇਰਾ ਮੇਰਾ ਕਾਹਦਾ ਫਰਕ ਤੂੰ ਮਿੰਟ ਪਹਿਲਾਂ ਜੰਮਿਆ ਮੇਰੇ ਨਾਲ ਤੂੰ ਵੱਡਾ ਵੱਡਾ ਕਿ ਇਸ ਗੱਲ 'ਚ ਲੇਕਿਨ ਸੀਨੀਅਰਿਟੀ ਦੋਸਤੋ ਸੀਨੀਅਰਿਟੀ ਹੁੰਦੀ ਹੈ ਐਕਸਪੀਰੀਅੰਸ ਦਾ ਨੋ ਆਲਟਰਨੇਟ ਐਕਸਪੀਰੀਅੰਸ ਹੈਜ਼ ਨੋ ਆਲਟਰਨੇਟ ਅਗਰ ਮੈਂ ਤੁਹਾਡੇ ਨਾਲੋਂ 30 ਦਿਨ ਜ਼ਿਆਦਾ ਸਿੱਖਿਆ ਵਾਂ ਤੁਸੀਂ ਮੇਰੇ ਤੋਂ ਵੱਧ ਸਿੱਖ ਹੀ ਨਹੀਂ ਸਕਦੇ ਸਿਵਾਏ ਇਸ ਤੋਂ ਕਿ ਜਾਂ ਮੈਂ ਮਰ ਜਾਂ ਜਾਂ ਮੈਂ ਸਿੱਖਣਾ ਸਟਾਪ ਕਰਦਾ ਕਿਉਂਕਿ ਵਰਨਾ ਮੈਂ ਤਾਂ ਮਹੀਨਾ ਅੱਗੇ ਹੀ ਆ ਦੋਸਤੋ ਉਮੀਦ ਹੈ ਕਿ ਇਹ ਗੱਪਸ਼ੱਪ ਅੱਜ ਦੀ ਵੀਡੀਓ ਬਟੇਰੇ ਕਬੂਤਰਾਂ ਦਾ ਸ਼ੌਕ ਤੁਹਾਨੂੰ ਪਸੰਦ ਆਇਆ ਹੋਏਗਾ ਅਯਾਜ਼ ਭਾਈ ਇੱਥੇ ਮੌਜੂਦ ਨੇ ਅਯਾਜ਼ ਭਾਈ ਬਾਂਹ ਕੱਢ ਕੇ ਭਰਾਵਾਂ ਨੂੰ ਕਹਿ ਦਾਂ ਕਿ ਨਸਲੀ ਲਾਜਵਾਬ ਪਿਓਰ ਬਟੇਰੇ ਬਰੀਡਰ ਬੱਚਿਆਂ ਵਾਸਤੇ ਭਰਾ ਮੇਰੇ ਨਾਲ ਰਾਬਤਾ ਕਰ ਸਕਦੇ ਹੋ ਲੋ ਜੀ ਦੋਸਤੋ ਬਹੁਤ ਸ਼ੁਕਰੀਆ ਵੀਡੀਓ ਪਸੰਦ ਆਏ ਜ਼ਰੂਰ ਲਾਈਕ ਕਰਿਓ